this South Asian Media Group, Y Media. बीजेपी और अकाली दल का जो गठबंधन है वह होंदा नजर नहीं आ रहा। बीजेपी दे सुर कुछ होर ने और अकाली दल दे सुर कुछ होर ने, की कह रहे ने बीजेपी वाले और वह भी तुहानू शेयर करते हैं। भगवंत मान ने बहुत वधिया फैसला लिया, साडे सीएम साहब ने, ते उन्हां नू जरूर रोकना चाहिए। शक्तियां नू असीं पंजाब तोड़ना, देश दी मेनस्ट्रीम नाल अलग करना। क्यों फैसला लिता गया कि अकाली दल दे नाल नहीं जाणा? उह साडे विचारधारा अलग आ, उन्हां दे विचार अलग। विचारधारा अलग है, एक कहना हैगा इस वेले हरजीत गरेवाल का बीजेपी वालों, उन्हों का कहना है कि साड़ी विचारधारा अलग है, उन्हों की विचारधारा अलग है, इस कारण असी अलग अलग हो गए हैं। और होर बड़े अहम बयान जड़े ने बीजेपी वालों हरजीत गरेवाल उन्होंने साझे किए। ਤੁਹਾਨੂੰ ਪਤਾ ਬੰਦੀ ਸਿੰਘ ਚਾਰ ਹੀ ਹੈਗੇ ਨੇ ਜਿਹਨਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਖੁਦ ਨੂੰ ਨੀ ਮੰਗਣ ਵਾਲਿਆਂ ਨੂੰ ਪਤਾ ਬਈ ਇਹ ਕਿੰਨੇ ਰਹਿ ਗਏ ਨੇ। ਉਹ ਵੀ ਕਾਨੂੰਨ ਸੰਮਤੀ ਹੋਏਗਾ ਨਾ ਸਾਰਾ। ਹੁਣ ਅਸੀਂ ਰਾਜੂ ਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ? ਉਹਨੂੰ ਫਾਂਸੀ ਦੀ ਸਜ਼ਾ, ਠੀਕ ਹੈ, ਔਰ ਫਾਂਸੀ ਦੀ ਸਜ਼ਾ ਉਮਰ ਕੈਦ ਤਬਦੀਲ ਹੋ ਕੇ ਆਊਗੀ, ਫਿਰ ਉਹ 'ਤੇ ਵਿਚਾਰ ਹੋਊਗਾ, ਉਸ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ। ਇਹ ਸਿਰਫ ਔਰ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਲਗਾਤਾਰ ਅਸੀਂ ਦੱਸ ਦਈਏ ਕਿ ਇਹ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਸਾਡੇ ਵਿਚਾਰ ਅਲੱਗ ਨੇ, ਲੇਕਿਨ ਬੀਜੇਪੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਬੰਦੀ ਸਿੰਘਾਂ ਦਾ ਕੀ ਮਾਮਲਾ ਹੈ। ਚਾਰ ਸਿਰਫ ਬੰਦੀ ਸਿੰਘ ਰਹਿ ਗਏ ਨੇ, ਉਹਦੇ ਉੱਤੇ ਉਹ ਆਪਣੀ ਗੱਲ ਜਿਹੜੀ ਹੈ ਉਹ ਅਕਾਲੀ ਦਲ ਲਗਾਤਾਰ ਕਰੀ ਜਾ ਰਿਹਾ, ਔਰ ਉਹਦੇ ਵਿੱਚ ਇੱਕ ਕਾਨੂੰਨੀ ਪ੍ਰਤੀਕਿਰਿਆ ਜਿਹੜੀ ਹੈ ਉਹ ਵੀ ਸ਼ਾਮਿਲ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।